ਪੰਜਾਬੀ ਫਿਲਮ ਮਿੱਟੀ ਨਾ ਫਰੋਲ ਜੋਗਿਆ ਦੀ ਸਟਾਰ ਕਾਸਟ ਚੰਡੀਗੜ੍ਹ ਵਿੱਚ ਆਪਣੀ ਫਿਲਮ ਦੇ ਸੰਗੀਤ ਲਾਂਚ ਮੌਕੇ ਦਿਖਾਈ ਦਿੱਤੀ, ਜਿੱਥੇ ਇਸ ਫਿਲਮ ਦੇ ਕਿਰਦਾਰ ਫਿਲਮ ਦੇ ਵਿੱਚ ਨਿਭਾਏ ਗਏ ਰੋਲ ਦੇ ਪਹਿਰਾਵੇ ਵਿੱਚ ਦਿਖਾਈ ਦਿੱਤੇ। ਉੱਥੇ ਇਹ ਫਿਲਮ 8 ਮਈ ਨੂੰ ਦੁਨੀਆ ਭਰ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਫਿਲਮ ਨੂੰ ਪਾਕਿਸਤਾਨ ਵਿੱਚ ਵੀ ਦਿਖਾਇਆ ਜਾ ਰਿਹਾ ਹੈ। ਇਸ ਫਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਇਹ ਫਿਲਮ ਪੰਜਾਬੀ ਫਿਲਮਾਂ ਦੀ ਕਾਇਆ ਪਲਟ ਕੇ ਰੱਖ ਦੇਵੇਗੀ। ਪੰਜਾਬੀ ਫਿਲਮ ਮਿੱਟੀ ਨਾ ਫਰੋਲ ਜੋਗਿਆ 8 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਣ ਜਾ ਰਹੀ ਹੈ ਤੇ ਇਸ ਫਿਲਮ ਵਿੱਚ ਤੁਹਾਨੂੰ ਬਾਲੀਵੁੱਡ ਫਿਲਮ ਦੇ ਭਾਗ ਮਿਲਖਾ ਭਾਗ ਤੋਂ ਫੇਮ ਹਾਸਲ ਕਰ ਚੁੱਕੇ ਜਗਤੇਜ ਸਿੰਘ ਨੂੰ ਵੇਖਣ ਦਾ ਮੌਕਾ ਮਿਲੇਗਾ ਤੇ ਇਹਨਾਂ ਦੇ ਨਾਲ ਫਿਲਮ ਵਿੱਚ ਕਰਤਾਰ ਚੀਮਾ, ਅਮਨ ਗਰੇਵਾਲ ਵੀ ਨੇ। ਇਹ ਫਿਲਮ ਭਾਰਤ ਪਾਕਿਸਤਾਨ ਦੀ ਵੰਡ ਵੇਲੇ ਦੇ ਇੱਕ ਪਰਿਵਾਰ ਦੀ ਸੱਚੀ ਕਹਾਣੀ ਤੇ ਬੇਸਡ ਹੈ। ਇਸ ਫਿਲਮ ਦੇ ਮਿਊਜ਼ਿਕ ਲਾਂਚ ਤੇ ਫਿਲਮ ਦੀ ਸਟਾਰ ਕਾਸਟ ਦੇ ਨਾਲ ਨਾਲ ਫਿਲਮ ਦੇ ਨਿਰਦੇਸ਼ਕ ਅਵਤਾਰ ਸਿੰਘ ਵੀ ਮੌਜੂਦ ਸਨ। ਕੀ ਵੱਖਰਾ ਲੈ ਕੇ ਆਈ ਹੈ ਇਹ ਫਿਲਮ, ਜਾਣਦੇ ਹਾਂ ਕਰਤਾਰ ਚੀਮਾ ਤੋਂ। ਹਰ ਇੱਕ ਮਾਂ ਨੂੰ ਆਪਣਾ ਬੱਚਾ ਬਹੁਤ ਪਿਆਰਾ ਲੱਗਦਾ ਹੁੰਦਾ ਕਿ ਹਾਂ ਨਹੀਂ ਮੇਰਾ ਹੀ ਹੈ। ਅਸੀਂ ਕੀ ਵੱਖਰਾ ਲੈ ਕੇ ਆਏ ਹਾਂ, ਉਹ ਹੈਗਾ ਸਾਡੇ ਜਿਹੜੇ ਪ੍ਰੋਡਿਊਸਰ ਜਾਂ ਸਾਡੇ ਡਾਇਰੈਕਟਰ ਨੇ, ਉਹਨਾਂ ਨੇ ਫਿਲਮ ਨੂੰ ਕਿਵੇਂ ਬਣਾਇਆ, ਜਾਂ ਉਹ ਸਮਾਂ ਜੋ ਅਸੀਂ ਵਿਖਾਉਣਾ ਚਾਹੁੰਦੇ ਸੀ, ਜਾਂ ਅਸੀਂ ਉਹ ਫੀਲਿੰਗ ਜਿਹੜੀਆਂ ਸ਼ੋਅ ਕਰਨਾ ਚਾਹੁੰਦੇ ਸੀ, ਕੀ ਅਸੀਂ ਉਹਨੂੰ ਲੋਕਾਂ ਸਾਹਮਣੇ ਚੰਗੇ ਤਰੀਕੇ ਨਾਲ ਰੱਖ ਪਾਏ ਹਾਂ। ਫਿਲਮ ਹਰ ਇੱਕ ਬਣਾਉਂਦਾ, ਕੋਈ ਟੈਕਨੀਕਲੀ ਵੱਡੀ ਬਣਾਉਂਦਾ, ਕੋਈ ਕਹਿੰਦਾ ਮੇਰੀ ਫਿਲਮ ਟੈਕਨੀਕਲੀ ਸਟਰੋਂਗ ਹੈ, ਕੋਈ ਕਹਿੰਦਾ ਸਟਾਰ ਕਾਸਟ ਵਾਈਜ਼ ਸਟਰੋਂਗ ਹੈ। ਠੀਕ ਹੈ, ਸਾਡੀ ਫਿਲਮ ਮੀਡੀਅਮ ਵੀ ਕਹਿ ਸਕਦੇ ਹਾਂ, ਪਰ ਅਸੀਂ ਹਰ ਇੱਕ ਚੀਜ਼ ਨੂੰ ਕਨਵਿੰਸ ਕੀਤਾ। ਜੇ ਤੁਸੀਂ ਦੇਖੋਗੇ ਫਿਲਮ ਦੇ ਵਿੱਚ ਉਹ ਬੱਚੇ ਦੇ ਇਮੋਸ਼ਨ ਨੇ ਤਾਂ ਉਹ ਲੱਗਦੇ ਨੇ, ਲੋਕ ਉਹਦੇ ਨਾਲ ਜੁੜਨਗੇ, ਜਾਂ ਉਹ 1947 ਦਾ ਸੁੱਚਾ ਸਿੰਘ ਹੈ ਅਤੇ ਉਹਦੇ ਨਾਲ ਲੋਕ ਜੁੜਨਗੇ। ਸਾਡੀ ਫਿਲਮ, ਮੈਂ ਨਹੀਂ ਕਹਿੰਦਾ ਟੈਕਨੀਕਲੀ ਸਟਰੋਂਗ ਹੈ ਜਾਂ ਕੁਛ ਹੈ, ਪਰ ਸਾਡੀ ਇਸ ਫਿਲਮ ਸਬਜੈਕਟ ਵਾਈਜ਼ ਅਤੇ ਅਸੀਂ ਉਸ ਸਬਜੈਕਟ ਨੂੰ ਜਸਟੀਫਾਈ ਕੀਤਾ ਉਹਦੇ। ਅੱਜ ਜਦ ਭਾਰਤ ਵਿੱਚ ਪਾਕਿਸਤਾਨ ਦਾ ਡਰਾਮਾ ਵੀ ਵੇਖਣ ਨੂੰ ਮਿਲ ਰਿਹਾ ਤਾਂ ਇਹਨਾਂ ਦੀ ਇਹ ਫਿਲਮ ਉਹਨਾਂ ਦੇ ਡਰਾਮੇ ਤੋਂ ਕਿੱਦਾਂ ਵੱਖ ਹੋਵੇਗੀ ਅਤੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਫਿਲਮ ਪਾਕਿਸਤਾਨ ਵਿੱਚ ਵੀ ਦਿਖਾਈ ਜਾਵੇਗੀ। ਉਹਨਾਂ ਨੂੰ ਮੈਚ ਕਰਦੀ ਲੱਗੀ ਹੈ ਤਾਂ ਹੀ ਉਹਨਾਂ ਨੇ ਇੰਟਰਸਟ ਦਿਖਾਇਆ, ਅਸੀਂ ਨਹੀਂ ਕੀਤਾ ਸੀਗਾ ਉਹਨਾਂ ਨੂੰ। ਸਾਡੀ ਕੋਸ਼ਿਸ਼ ਸੀਗੀ ਕਿ ਪਾਕਿਸਤਾਨ 'ਚ ਹੋਣੀ ਚਾਹੀਦੀ ਹੈ, ਬਟ ਪਾਕਿਸਤਾਨ ਵੱਲੋਂ ਖੁਦ ਉਹਨਾਂ ਵੱਲੋਂ ਕਾਲ ਆਈ ਹੈ ਕਿ ਇਹ ਜਿਹੜੀ ਮੂਵੀ ਹੈ ਅਸੀਂ ਖੁਦ ਰਿਲੀਜ਼ ਕਰਨਾ ਚਾਹੁੰਦੇ ਹਾਂ, ਕਿਉਂਕਿ ਅਸੀਂ ਉਹਨਾਂ ਨੂੰ ਪੂਰੀ ਫਿਲਮ ਦਿਖਾਈ ਸੀਗੀ। ਪੂਰੀ ਫਿਲਮ ਦੇਖ ਕੇ ਉਹਨਾਂ ਨੇ ਇੰਟਰਸਟ ਸ਼ੋਅ ਕੀਤਾ, ਕਹਿੰਦੇ ਜੀ ਅਸੀਂ ਡੈਫੀਨੇਟਲੀ ਅਪਰੋਕਸੀਮੇਟ, ਅਸੀਂ ਉੱਥੇ ਉਹ ਅਪਰੋਕਸੀਮੇਟ 70 ਕੁ ਸਿਨੇਮੇ ਨੇ ਜਿਹੜੇ ਪਾਕਿਸਤਾਨ 'ਚ ਹੈਗੇ ਨੇ, 69 ਸਿਨੇਮੇ ਨੇ, ਜਿਨ੍ਹਾਂ 'ਚੋਂ 40 ਸਿਨੇਮਿਆਂ 'ਚ ਪੰਜਾਬੀ ਫਿਲਮਾਂ ਲੱਗਦੀਆਂ ਨੇ ਉਹਨਾਂ ਦੀਆਂ, ਔਰ ਅਪਰੋਕਸੀਮੇਟ 20 ਸਿਨੇਮਿਆਂ 'ਚ ਆਪਣੀ ਫਿਲਮ ਲੱਗੇਗੀ। ਉੱਥੇ ਕਦੋਂ ਲੱਗ ਰਹੀ ਹੈ? ਸੇਮ ਡੇ ਲੱਗੇਗੀ ਜੀ, ਵਰਲਡਵਾਈਡ ਸੇਮ ਡੇ। ਅਵਤਾਰ ਸਿੰਘ ਦਾ ਮੰਨਣਾ ਹੈ ਕਿ ਉਹਨਾਂ ਦੀ ਇਹ ਪੰਜਾਬੀ ਫਿਲਮ ਆਡੀਅੰਸ ਨੂੰ ਇੱਕ ਵੱਖਰਾ ਅਹਿਸਾਸ ਦੇ ਕੇ ਜਾਏਗੀ। ਇਹ ਕਹਿਣਾ ਹੈ ਵੀ ਮੇਰੀ ਜਿਹੜੀ ਫਿਲਮ ਹੈਗੀ ਆ ਫਾਈਨੈਂਸ਼ੀਅਲੀ ਮੈਨੂੰ ਕਿੰਨਾ ਸਟਰੋਂਗ ਕਰਦੀ ਹੈ ਕਿੰਨਾ ਨਹੀਂ ਕਰਦੀ ਡਜ਼ ਨੋਟ ਮੈਟਰ, ਮੈਨੂੰ ਮੈਟਰ ਨਹੀਂ ਕਰਦਾ। ਮੈਨੂੰ ਇਹ ਲੱਗਦਾ ਹੈ ਕਿ ਮੇਰੀ ਫਿਲਮ ਜਿਹੜੀ ਹੈਗੀ ਪੰਜਾਬੀ ਸਿਨੇਮੇ ਨੂੰ ਸੇਧ ਜ਼ਰੂਰ ਦੇਵੇਗੀ। ਮੇਰੀ ਕੋਸ਼ਿਸ਼ ਵੀ ਇਹ ਹੈ ਕਿ ਪੰਜਾਬੀ ਸਿਨੇਮੇ ਨੂੰ ਸੇਧ ਦੀ ਜ਼ਰੂਰਤ ਹੈ, ਥੋੜ੍ਹਾ ਜਿਹਾ ਸਾਡਾ ਪੰਜਾਬੀ ਸਿਨੇਮਾ ਵਿਖਰਿਆ ਪਿਆ। ਹੁਣ ਜਗਤੇਜ ਸਿੰਘ ਤੋਂ ਜਾਣਦੇ ਹਾਂ ਕਿ ਉਹ ਕਦੇ ਸੀਰੀਅਸ ਇੰਟੈਂਸ ਸਿਨੇਮਾ ਤੋਂ ਹਟ ਕੇ ਕਾਮੇਡੀ ਵੱਲ ਜਾਣਾ ਚਾਹਣਗੇ। ਜਿਸ ਜਿਹੜੀ ਫਿਲਮ ਦੇ ਵਿੱਚ ਕਾਫੀ ਮੀਨਿੰਗ ਹੋਵੇ ਜਾਂ ਕਨਸੈਪਟ ਹੋਵੇ ਉਹੀ ਕਰਾਂਗਾ, ਕਿ ਕਾਫੀ ਮਤਲਬ ਅੱਛੀ ਮੂਵੀਜ਼ ਹੋਣ, ਵਧੀਆ ਆਫਰ ਆਣਗੇ ਉਹੀ ਕਰਾਂਗਾ, ਜੇ ਕਾਮੇਡੀ ਵਿੱਚ ਵੀ ਅੱਛਾ ਆਇਆ ਤਾਂ ਉਹ ਵੀ ਕਰਾਂਗੇ। ਫਿਲਮ ਦੀ ਅਦਾਕਾਰਾ ਅਮਨ ਗਰੇਵਾਲ ਨੇ ਕਿਹਾ ਹੈ ਕਿ ਉਹਨਾਂ ਲਈ ਇਸ ਕਿਰਦਾਰ ਤੋਂ ਬਾਹਰ ਆਉਣਾ ਕਾਫੀ ਮੁਸ਼ਕਿਲ ਰਿਹਾ। ਅਸੀਂ ਮੂਵੀ ਦਾ ਟ੍ਰੇਲਰ ਦੇਖਿਆ ਹੈਗਾ, ਕਾਫੀ ਸੈਂਸਿਟਿਵ ਮੂਵੀ ਹੈਗੀ ਆ। ਜਦ ਇਹ ਮੂਵੀ ਮੈਨੂੰ ਅਵਤਾਰ ਜੀ ਨੇ ਅਪਰੋਚ ਕੀਤਾ ਸੀਗਾ ਤਾਂ ਥੋੜ੍ਹਾ ਜਿਹਾ ਸੀ ਕਿ ਆਈ ਡੋਂਟ ਨੋ ਕਿ ਮੈਂ ਕਰ ਪਾਊਂਗੀ ਜਾਂ ਨਹੀਂ, ਪਰ ਅਵਤਾਰ ਸਰ ਦਾ ਸੀ ਕਿ ਨਹੀਂ ਅਮਨ ਤੂੰ ਕਰੈਕਟਰ 'ਚ ਫਿੱਟ ਬੈਠ ਰਹੀ ਹਾਂ ਤਾਂ ਤੂੰ ਕਰ ਲੇਂਗੀ। ਆਈ ਸੈਡ ਠੀਕ ਹੈ ਓਕੇ। ਮੇਰੀ ਵਰਕਸ਼ੋਪਸ ਲੱਗੀਆਂ ਨੇਗੀਆਂ ਤੋਂ ਪਹਿਲਾਂ, ਤੋ ਜੋ ਮੈਂ ਇਹਦੇ ਵਿੱਚ ਐਕਚੁਲੀ ਦੋ ਕਰੈਕਟਰ ਪਲੇ ਕੀਤੇ ਨੇਗੇ ਅਤੇ ਇੱਕ ਹੈਗਾ ਨੂਰਾਂ ਦਾ ਜੋ ਕਿ ਪਾਕਿਸਤਾਨੀ ਕੁੜੀ ਹੁੰਦੀ ਆ, ਕਰਤਾਰ ਚੀਮਾ ਦੀ ਵਾਈਫ ਹੁੰਦੀ ਆ। ਤੋ ਬਹੁਤ ਜ਼ਿਆਦਾ ਇੰਟੈਂਸ ਕਰੈਕਟਰ ਹੈਗਾ ਕਿ ਉਸ ਕਰੈਕਟਰ 'ਚੋਂ ਨਿਕਲ ਬਹੁਤ ਈਜ਼ੀ ਨਹੀਂ ਸੀ ਨਿਕਲਣਾ। ਅਤੇ ਅਗਰ ਮੇਰੇ ਤੋਂ ਕੋਈ ਕਰੈਕਟਰ ਹੁੰਦਾ ਨਹੀਂ ਸੀਗਾ ਤਾਂ ਸਰ ਕਹਿੰਦੇ ਸੀ ਕੋਈ ਗੱਲ ਨਹੀਂ, ਆਪਾਂ ਕੱਲ੍ਹ ਕਰ ਲਾਂਗੇ। ਠੀਕ ਆ। ਜਿੱਥੇ ਇਹ ਫਿਲਮ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ ਉੱਥੇ ਹੀ ਇਸ ਫਿਲਮ ਨੂੰ ਪਾਕਿਸਤਾਨ ਵਿੱਚ ਵੀ ਵਿਖਾਇਆ ਜਾਵੇਗਾ। ਹੁਣ ਦੇਖਣਾ ਇਹ ਹੈ ਕਿ ਇਸ ਫਿਲਮ ਨੂੰ ਪਾਕਿਸਤਾਨ ਦੇ ਦਰਸ਼ਕ ਅਤੇ ਹੋਰ ਦੁਨੀਆ ਦੇ ਦਰਸ਼ਕ ਕਿੰਨਾ ਕੁ ਸਹਾਰਾਉਂਦੇ ਨੇ। ਕੈਮਰਾਮੈਨ ਸੁਖਜਿੰਦਰ ਸਿੰਘ ਦੇ ਨਾਲ ਰਲੀਮ ਕੌਰ, 10 AM ਨਿਊਜ਼, ਚੰਡੀਗੜ੍ਹ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।